ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਪੂਰੇ ਪੰਜਾਬ ਭਰ ਦੇ ਵਿੱਚ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਇਸੇ ਤਰ੍ਹਾਂ ਗੱਲ ਗੁਰਦਾਸਪੁਰ ਦੀ ਕੀਤੀ ਜਾਵੇ ਤੇ ਗੁਰਦਾਸਪੁਰ ਦੇ ਵੀ ਕਈ ਪਿੰਡਾਂ ਵਿੱਚ ਜੋ ਭਾਜਪਾ ਦੇ ਉਮੀਦਵਾਰ ਨੇ ਦਿਨੇਸ਼ ਬੱਬੂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਹੁਣ ਭੈਣੀ ਮੀਆਂ ਖਾਂ ਪਿੰਡ ਦੇ ਵਿੱਚ ਭਾਜਪਾ ਬਾਈਕਰ ਦੇ ਜਿਹੜੇ ਬੋਰਡ ਨੇ ਉਹ ਲਗਾ ਦਿੱਤੇ ਗਏ ਨੇ ਕਿਸਾਨ ਆਗੂ ਮੇਰੇ ਨਾਲ ਨੇ ਜੋ ਕਿ ਪਿੰਡਾਂ ਦੇ ਵਿੱਚ ਨਿਕਲ ਕੇ ਵਿਰੋਧ ਕਰ ਰਹੇ ਨੇ ਬੀਜੇਪੀ ਦਾ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਨੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ ਬੀਜੇਪੀ ਬਾਈਕਰ ਦਾ ਤੇ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਵਾਰ ਬੀਜੇਪੀ ਨੂੰ ਵੋਟ ਨਾ ਪਾਈ ਜਾਵੇ ਕਿਉਂਕਿ ਬੀਜੇਪੀ ਨੇ ਜਿਹੜੇ ਤਸ਼ੱਦਦ ਜਿਹੜੇ ਕਿਸਾਨਾਂ ਨਾਲ ਕੀਤੇ ਨੇ ਇਸ ਦੀ ਗੱਲ ਜਿਹੜੀ ਕਹੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸ਼ੰਭੂ ਬਾਰਡਰ ਦੇ ਉੱਪਰ ਲਗਾਤਾਰ ਧਰਨਾ ਪ੍ਰਦਰਸ਼ਨ ਜਿਹੜਾ ਵਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਕਿਸਾਨਾਂ ਦੀ ਮੰਗ ਹੈਗੀ ਆ ਕਿ ਸ لیکن بی جے پی دا ویरोध ਜਿਹੜਾ ਵਾ ਲਗਾਤਾਰ ਕੀਤਾ ਜਾ ਰਿਹਾ ਕੁਛ ਕਿ ਕਿਸਾਨ ਆਗੂ ਮੇਰੇ ਨਾਲ ਨੇ ਦੱਸ ਦਿਓ ਜੀ ਜਿਹੜਾ ویरोध ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਕੀ ਕਰਨੇਗਾ جی جی ਸਾਡੇ ਜਿਹੜੇ ਕਿਸਾਨ ਵੀਰ ਹੀ ਇਹਨਾਂ ਨੇ ਮੰਗਾ ਪਹਿਲਾਂ ਮਨਾਈਆਂ ਸੀ ਗਿਆ ਉਹਨਾਂ મોદી ਸਰਕਾਰ ਕੋਲ ਤੇ ਉਹਨੇ ਪਹਿਲਾਂ ਹਾਂ ਕੀਤੀ ਸੀਗੀ ਉਹਨੇ ਸਾਡੀਆਂ ਮੰਗਾ ਪੂਰੀਆਂ ਨਹੀਂ ਕੀਤੀਆਂ ਤੇ ਫਿਰ ਸਾਡੇ ਕਿਸਾਨ ਮਜ਼ਦੂਰ ਜਿਹੜੇ ਫਿਰ ਦੁਬਾਰਾ ਦਿੱਲੀ ਨੂੰ ਜਾ ਰਹੇ ਇਹਨਾਂ ਨੇ ਸਭੂ ਬਾਰਡਰ ਤੇ ਰੋਕ ਕੇ ਉਹਨਾਂ ਦੇ ਉੱਤੇ ਪਹਿਲਾਂ ਤੇ ਪੰਨ ਦੀ ਪ੍ਰਚਾਰ ਕੀਤੀ ਫਿਰ ਗੋਲੇਬਾਰੂ ਵੀ ਚਲਾਈ ਸਾਡੇ ਬਹੁਤ ਸਾਰੇ ਜਿਹੜੇ ਵੀਰ ਉਥੇ ਸ਼ਹੀਦ ਹੋ ਗਏ ਇੱਕ ਸਾਡਾ ਵੀਰ ਨੌਜਵਾਨ ਸੁਭਕਰਨ ਸਿੰਘ ਉਥੇ ਸ਼ਹੀਦ ਹੋ ਗਿਆ ਇਹ ਸਾਡੇ ਆਹ ਇਹ ਮੰਗਾ ਆਪਣੀਆਂ ਮੰਗਦੇ ਆ ਭਿਜੇਰੇ ਸਾਡੇ ਹਾਕਮਾ ਉਹ ਸਾਡੇ ਵਾਪਸ ਦੇ ਦੇ ਤੇ ਜਿਹੜੇ ਸਾਡੇ ਸ਼ਹੀਦ ਹੋਇਆ ਉਹਨਾਂ ਨੂੰ ਵੀ ਇਨਸਾਫ ਦੇਵੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਇਸ ਦੇ ਵਿੱਚ ਜਿਹੜੇ ਭਾਜੀਪੀ ਪਹੁੰਚਣਗੇ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਜੇਕਰ ਸਾਡੇ ਇਹਸੇ ਮੰਗਾ ਨਹੀਂ ਮੰਨਿਆ ਜਾਣਗੇ ਤਾਂ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਆਂ ਭਾਜੀਪੀ ਇਹਨੂੰ ਵੋਟ ਨਹੀਂ ਪਾਵਾਂਗੇ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਬਿਲਕੁਲ ਕਹਿਆ ਜਾ ਰਿਹਾ ਹੈ ਕਿ ਭਾਜੀਪੀ ਦਾ ਸਖਤ ਵਿਰੋਧ ਜਿਹੜਾ ਬਾ ਕੀਤਾ ਜਾਵੇਗਾ ਹੱਥਾਂ ਦੇ ਵਿੱਚ ਪੋਸਟਰ ਜਰੂਰ ਫੜੇ ਨੇ ਗਲਤ ਕਰ ਲੈਣਾ ਦੱਸ ਦਿਓ ਜੀ ਅੱਜ ਜਿਹੜੇ ਬਾਈਕਾਰਡ ਦੇ ਪੋਸਟਰ ਨੇ ਕਿਉਂ ਲਗਾਏ ਵੇਖੋ ਜੀ ਆਪਾਂ 13 ਮਹੀਨੇ ਪਹਿਲਾਂ ਦਿੱਲੀ ਦੀਸਰਾ ਦੇ ਉੱਤੇ ਰਹਿ ਕੇ ਇਹੋ ਹੀ ਮੰਗਾਂ ਜਿਹੜੀਆਂ ਪੋਸਟਰ ਤੇ ਲਿਖੀਆਂ ਗਈਆਂ ਇਹ ਮੰਗਾ ਮਨਾਉਣ ਵਾਸਤੇ ਗਏ ਸੀ ਤੇ ਭਾਜੀਪੀ ਸਰਕਾਰ ਨੇ ਮੰਨੀਆਂ ਸੀ ਕਿ ਤੁਹਾਡੀਆਂ ਮੰਗਾਂ ਸਾਰੀਆਂ ਮੰਨ ਲਈਆਂ ਗਈਆਂ ਵਾ ਤੇ ਧਰਨਾ ਲੈ ਕੇ ਅਸੀਂ ਵਾਪਸ ਆ ਗਏ ਉੱਠ ਕੇ ਲੇਕਿਨ 2 2.5 ਸਾਲ ਨਿਕਲਣ ਤੋਂ ਬਾਅਦ ਵੀ ਸਾਰੀਆਂ ਮੰਗਾਂ ਜਿਹੜੀਆਂ ਸਾਡੀਆਂ ਜਿਉਂਦੀਆਂ ਤਿਉਂ ਸਰਕਾਰ ਜਿਹੜੀ ਆ ਵਾਦਾ ਖਿਲਾਫੀ ਕਰ ਚੁੱਕੀ ਐ ਜਿਸ ਵਜ੍ਹਾ ਕਰਕੇ ਸਾਨੂੰ ਅੰਦੋਲਨ ਜਿਹੜਾ ਨੰਬਰ 2 ਆ ਉਹ ਸ਼ੁਰੂ ਕਰਨਾ ਪਿਆ ਆਪਾਂ ਖਨੌਰੀ ਤੇ ਸੰਭੂ ਬਾਰਡਰ ਦੇ ਉੱਤੇ 13 ਫਰਵਰੀ ਤੋਂ ਲੈ ਕੇ ਉੱਥੇ ਆ ਉੱਥੇ ਤਕਰੀਬਨ ਸਾਡੇ 20 ਤੋਂ 25 ਜਿਹੜੇ ਕਿਸਾਨਾਂ ਸਹੇਦ ਹੋ ਗਏ ਆ ਉਸ ਤੋਂ ਬਾਅਦ ਦੇ ਵਿੱਚ ਤਕਰੀਬਨ 200 250 ਦੇ ਕਰੀਬ ਜਿਹੜਾ ਉਹ ਜ਼ਖਮੀ ਹੋਇਆ ਪਿਆ ਸਾਡੀ ਸਰਕਾਰ ਕੋਈ ਗੱਲ ਮੰਨ ਨਹੀਂ ਰਹੀ ਗੱਲਾਂ ਮੰਨ ਕੇ ਫਿਰ ਮੁੱਕਰੀ ਹੋਈ ਆ ਇਸ ਕਰਕੇ ਸਾਨੂੰ ਦੁਬਾਰਾ ਜਿਹੜਾ ਇਹ ਕਰਨਾ ਪਿਆ ਹੁਣ ਇਲੈਕਸ਼ਨ ਆ ਤੇ ইলেকਸ਼ਨ ਦੇ ਟਾਈਮ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਜਿਹੜਾ ਬੀਜੇਪੀ ਦਾ ਬਾਈਕਾਟ ਕਰਾਂਗੇ ਕਿ ਕਿਹੜੇ ਪਿੰਡਾਂ 'ਚ ਬਾਈਕਾਟ ਕੀਤਾ ਕਿਹੜੇ-ਕਿਹੜੇ ਪਿੰਡਾਂ 'ਚ ਪੋਸਟਰ ਲਾਗੇ ਨੇ ਇਹ ਸਾਰੇ ਵੇਖੋ ਜੀ ਪੂਰੇ ਪੰਜਾਬ 'ਚ ਬਾਈਕਾਟ ਹੋਣਾ ਪਰ ਗਰਦਾਸਪੁਰ ਜ਼ਿਲ੍ਹਾ ਜਿਹੜਾ ਸਭ ਤੋਂ ਪਹਿਲ ਆਪਾਂ ਭਾਣੇ ਮੀਆਂ ਖਾਂ ਤੋਂ ਸ਼ੁਰੂ ਕੀਤੀ ਆ ਅੱਜ ਸਾਡੇ ਆ ਦੋਨਾਂ ਚੌਂਕ ਦੇ ਵਿੱਚ ਵੀ ਵੇਖੋ ਦੋਨਾਂ ਸਾਈਡ ਤੇ ਬੋਰਡ ਲੱਗੇ ਹੋਏ ਆ ਹੱਥਾਂ 'ਚ ਵੀ ਅਸੀਂ ਤਖਤੀਆਂ ਫੜੀਆਂ ਹੋਈਆਂ ਤੋਂ ਬਾਈਕਾਟ ਦਾ ਸ਼ੁਰੂਆਤ ਇੱਥੋਂ ਕਰਤੀ ਆ ਹੁਣ ਹਰ ਪਿੰਡ ਦੇ ਵਿੱਚ ਹੀ ਪੋਸਟਰ ਲਾ ਰਹੇ ਆ ਜਿੰਨਾ ਵੀ ਸਾਡਾ ਹਲਕਾ ਹੈ ਸਾਡੇ ਕੋਲ ਜਥੇ ਬਿਲਕੁਲ ਦੱਸਿਆ ਜਾ ਰਿਹਾ ਕਿਸਾਨ ਆਗੂਆਂ ਦੇ ਵੱਲੋਂ ਕਿ ਬੀਜੇਪੀ ਦਾ ਬਾਈਕਾਟ ਜਿਹੜਾ ਵਾ ਅੱਜ ਪਿੰਡ ਭੈਣੀ ਮੀਆਂਖਾਂ ਤੋਂ ਸ਼ੁਰੂ ਕਰ ਦਿੱਤਾ ਤੇ ਇਹ ਕੈਂਪੇਨ ਜਿਹੜੀ ਆ ਵਕਫ ਵਕਫ ਪਿੰਡਾਂ ਦੇ ਵਿੱਚ ਜਾਵੇਗੀ ਪਿੰਡ ਵਕਫ ਵਕਫ ਪਿੰਡਾਂ ਦੇ ਵਿੱਚ ਜਿਹੜੇ ਜਾ ਕੇ ਨੇ ਬੀਜੇਪੀ ਬਾਈਕਾਟ ਦੇ ਜਿਹੜੇ ਪੋਸਟਰ ਨੇ ਉਹ ਲਗਾਏ ਜਾਣਗੇ ਕਿਉਂਕਿ ਕੇਂਦਰ ਸਰਕਾਰ ਬੀਜੇਪੀ ਕੇਂਦਰ ਸਰਕਾਰ ਜਿਹੜੀ ਹੈਗੀ ਆ ਉਹ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਜਿਸ ਕਰਕੇ ਇਹ ਬਾਈਕਾਟ ਦਾ ਜਿਹੜਾ ਵਾ ਜਿਹੜੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਗਈ ਆ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਫਤਾਰ ਸਿੰਘ ਦੈਨਿਕ ਸਵੇਰਾ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਕੀ Facebook Instagram X aur WhatsApp channel par